एंटरटेनमेंट इंडस्ट्री नूं भी कोई राहत पैकेज दिता गया होवे। पंजाब गवर्नमेंट ने भी अगर कोई राहत पैकेज दिता जां कुछ भी ऐलाना तुसीं कदे भी एंटरटेनमेंट दा नाम उहदे च सुणिया नहीं। मैनूं लगदा कि उहनां नूं लगदा ही नहीं कि इह इंडस्ट्री हैगी आ। सरकार देखो तुसीं 2 to 3 महीने सरकार सानूं रोटी नहीं खवा सकदी। ਜਿਹੜੇ ਗਰਾਊਂਡ 'ਤੇ ਰਹਿ ਕੇ ਲੋਕ ਕੰਮ ਕਰਦੇ ਆ, ਚਾਹੇ ਉਹ ਸਪੋਰਟ ਬੋਆਏ ਹੋ ਗਏ, ਚਾਹੇ ਉਹ ਲਾਈਟ ਮੈਨ ਹੋ ਗਏ, ਉਹਨਾਂ ਲੋਕਾਂ ਦਾ ਸਰਕਾਰ ਨੂੰ ਜ਼ਰੂਰ ਦੇਖਣਾ ਚਾਹੀਦਾ ਜਿਨ੍ਹਾਂ ਦਾ ਡੇਲੀ ਬੇਸਿਸ ਦੇ ਉੱਪਰ ਕੰਮ ਖੜਾ। ਗਰਾਊਂਡ ਵਾਲੇ ਬੰਦੇ ਤੁਹਾਡੇ ਨਾਲ ਨਹੀਂ ਹੈਗੇ ਨਾ, ਤੁਸੀਂ ਅੱਗੇ ਕਦੇ ਨਹੀਂ ਵੱਧ ਸਕਦੇ, ਬਿਕੋਜ਼ ਇਹਨਾਂ ਦਾ ਬਹੁਤ ਵੱਡਾ ਹੱਥ ਹੁੰਦਾ ਤੁਹਾਡੇ ਅੱਗੇ ਜਾਣ 'ਚ। ਹੁਣ ਜਦੋਂ ਵੀ ਮੈਨੂੰ ਲੱਗਦਾ ਕਿ ਕੰਮ ਖੁੱਲੂਗਾ ਤਾਂ ਪਹਿਲਾਂ ਨਾਲੋਂ ਡਬਲ ਹੋਊਗਾ। ਬੜੀ ਹੌਲੀ ਹੌਲੀ ਕਰਕੇ ਸਾਨੂੰ ਚੱਲਣਾ ਤਾਂ ਪੈਣਾ, ਕਿਉਂਕਿ ਜੇ ਅਸੀਂ ਕਿਸੇ ਚੀਜ਼ ਤੇ ਡਰ ਤੋਂ ਘਰ ਬੈਠੇ ਰਹੇ ਤਾਂ ਮੈਨੂੰ ਲੱਗਦਾ ਕਿ ਬੰਦੇ ਨੇ ਘਰ ਬਹਿ ਬਹਿ ਕੇ ਵੈਸੇ ਹੀ ਖਤਮ ਹੋ ਜਾਣਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਕੋਰੋਨਾ ਵਾਇਰਸ ਜਿਸਨੇ ਇਸ ਸਮੇਂ ਪੂਰੀ ਦੁਨੀਆ ਦੇ ਉੱਤੇ ਆਪਣੀ ਮਾਰ ਮਾਰੀ ਹੈ, ਹਰ ਖਿੱਤੇ ਨੂੰ ਇਸਨੇ ਨੁਕਸਾਨ ਪਹੁੰਚਾਇਆ, ਆਪਣੀ ਮਾਰ ਹਰ ਖਿੱਤੇ ਦੇ ਉੱਤੇ ਮਾਰੀ ਹੈ। ਸਿਰਫ ਸਰੀਰਕ ਤੌਰ 'ਤੇ ਨਹੀਂ ਬਲਕਿ ਆਰਥਿਕ ਤੌਰ 'ਤੇ ਵੀ ਲੋਕਾਂ ਨੂੰ ਇਸ ਦੀ ਮਾਰ ਝੱਲਣੀ ਪਈ ਹੈ, ਅਤੇ ਐਂਟਰਟੇਨਮੈਂਟ ਇੰਡਸਟਰੀ ਫਿਰ ਕਿਵੇਂ ਪਿੱਛੇ ਰਹਿ ਸਕਦੀ ਸੀ। ਐਂਟਰਟੇਨਮੈਂਟ ਇੰਡਸਟਰੀ 'ਤੇ ਵੀ ਇਸਨੇ ਆਪਣੀ ਬਹੁਤ ਬੁਰੀ ਮਾਰ ਮਾਰੀ, ਜਿਸਦੇ ਨਾਲ ਐਂਟਰਟੇਨਮੈਂਟ ਇੰਡਸਟਰੀ ਦੇ ਹਾਲ ਵੀ ਬਹੁਤ ਮਾੜੇ ਹੋ ਚੁੱਕੇ ਨੇ। ਕਈ ਸਿਤਾਰੇ ਇੱਦਾਂ ਦੇ ਵੀ ਮਾਮਲੇ ਸਾਨੂੰ ਸਾਹਮਣੇ ਆਏ ਜਿਨ੍ਹਾਂ ਨੇ ਸੁਸਾਈਡ ਕਰ ਲਈ, ਅਤੇ ਕਈ ਸਿਤਾਰੇ ਇੱਦਾਂ ਦੇ ਵੀ ਸੀ ਜੋ ਕਿ ਆਪਣੀ ਪੇਮੈਂਟ ਕਲੀਅਰ ਹੋਣ ਦੀ ਮੰਗਾਂ ਕਰ ਰਹੇ ਸੀ। ਫਿਲਮਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਫਿਲਮਾਂ ਜਦੋਂ ਰਿਲੀਜ਼ ਹੁੰਦੀਆਂ ਨੇ ਤਾਂ ਫਿਲਮਾਂ ਦੀ ਸਕਸੈਸ ਦੇ ਵਿੱਚ ਪਿੱਛੇ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੁੰਦਾ ਉਹ ਹੁੰਦੀ ਹੈ ਉਹਦੀ ਪ੍ਰਮੋਸ਼ਨਸ, ਕਿ ਉਹਦੀ ਪ੍ਰਮੋਸ਼ਨਸ ਕਿਸ ਤਰੀਕੇ ਨਾਲ ਕੀਤੀ ਗਈ ਹੈ। ਜੇ ਪ੍ਰਮੋਸ਼ਨ ਵਧੀਆ ਤਰੀਕੇ ਨਾਲ ਕੀਤੀ ਗਈ ਹੋਵੇ ਤਾਂ ਖਰਾਬ ਤੋਂ ਖਰਾਬ ਫਿਲਮ ਵੀ ਕਾਫੀ ਸਕਸੈਸਫੁਲ ਹੋ ਜਾਂਦੀ ਹੈ, ਅਤੇ ਕਈ ਵਾਰ ਇੱਦਾਂ ਹੁੰਦਾ ਕਿ ਜੇ ਪ੍ਰਮੋਸ਼ਨਸ ਚੰਗੇ ਤਰੀਕੇ ਨਾਲ ਨਾ ਕੀਤੀਆਂ ਗਈਆਂ ਹੋਣ ਤਾਂ ਚੰਗੀ ਤੋਂ ਚੰਗੀ ਫਿਲਮ ਵੀ ਨੀਚੇ ਡਿੱਗ ਜਾਂਦੀ ਹੈ। ਅਤੇ ਇਹਦੇ ਪਿੱਛੇ ਹੱਥ ਹੁੰਦੇ ਜੀ ਪੀ ਆਰ ਏਜੰਸੀਜ ਦਾ, ਜੋ ਕਿ ਫਿਲਮਾਂ ਨੂੰ ਪ੍ਰਮੋਟ ਕਰਦੇ ਨੇ। ਅਤੇ ਅੱਜ ਸਾਡੇ ਨਾਲ ਐਕਸਪਰਟ ਲਾਂਚਰਸ ਤੋਂ ਲਾਡੀ ਜੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਲਾਡੀ ਜੀ। ਸਤਿ ਸ਼੍ਰੀ ਅਕਾਲ ਅਨੂ ਜੀ, ਸਾਰੇ ਵਿਜ਼ਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਲਾਡੀ ਜੀ, ਜਿਵੇਂ ਕਿ ਮੈਂ ਗੱਲ ਕੀਤੀ ਕਿ ਐਂਟਰਟੇਨਮੈਂਟ ਇੰਡਸਟਰੀ ਕਿਵੇਂ ਪਿੱਛੇ ਰਹਿ ਸਕਦੀ ਸੀ, ਐਂਟਰਟੇਨਮੈਂਟ ਇੰਡਸਟਰੀ ਤੇ ਵੀ ਕੋਰੋਨਾ ਵਾਇਰਸ ਦੀ ਕਾਫੀ ਮਾਰ ਪਈ ਹੈ। ਜੇ ਅਸੀਂ ਇੰਡਸਟਰੀ ਦੀ ਗੱਲ ਕਰੀਏ ਤਾਂ ਐਂਟਰਟੇਨਮੈਂਟ ਇੰਡਸਟਰੀ ਤੇ ਕੋਰੋਨਾ ਵਾਇਰਸ ਦਾ ਕੀ ਅਸਰ ਹੋਇਆ, ਕੀ ਅਸਰ ਦਿਖਿਆ, ਕੀ ਚੇਂਜਸ ਆਏ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ? ਅਨੂ ਜੀ, ਪੂਰੇ ਵਰਲਡ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਦਾ ਅਸਰ ਜਿਹੜਾ ਉਹ ਪੂਰੇ ਵਰਲਡ ਦੇ ਵਿੱਚ ਇੱਕ ਐਂਟਰਟੇਨਮੈਂਟ ਇੰਡਸਟਰੀ ਨੂੰ ਛੱਡੋ ਪੂਰੀ ਦੁਨੀਆ ਦੇ ਉੱਤੇ ਇਸਦਾ ਅਸਰ ਹੋਇਆ। ਉਹਦੇ ਨਾਲ ਨਾਲ ਮੈਂ ਜੇ ਗੱਲ ਕਰਾਂ ਤਾਂ ਐਂਟਰਟੇਨਮੈਂਟ ਇੰਡਸਟਰੀ ਵੀ ਬਹੁਤ ਜ਼ਿਆਦਾ ਇਫੈਕਟ ਹੋਈ ਹੈ ਨਾ, ਬਟ ਇਹ ਹੈ ਕਿ ਜਿੱਥੇ ਬਾਕੀ ਚੀਜ਼ਾਂ ਦੇ ਅਕੋਰਡਿੰਗਲੀ ਸਾਰਾ ਕੁਛ ਹੋ ਰਿਹਾ ਹੈਗਾ ਤਾਂ ਉੱਥੇ ਸਾਨੂੰ ਵੀ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਬੁਰਾ ਟਾਈਮ ਆ ਜਿਹੜਾ ਕਿ ਐਂਟਰਟੇਨਮੈਂਟ ਇੰਡਸਟਰੀ ਵੀ ਚੱਲ ਰਹੀ ਹੈ। ਬਹੁਤ ਸਾਰੇ ਪ੍ਰੋਜੈਕਟ ਸੀਗੇ ਜਿਹੜੇ ਤੁਹਾਨੂੰ ਪਤਾ ਹੈ ਕਿ ਔਨ ਦਾ ਸਪੋਟ ਕੁਛ ਫਿਲਮਾਂ ਸੀਗੀਆਂ ਜਿਹੜੀਆਂ ਰਿਲੀਜ਼ ਹੋ ਚੁੱਕੀਆਂ ਸੀਗੀਆਂ ਬਿਲਕੁਲ 2 ਦਿਨ ਬਾਅਦ ਸਿਨੇਮੇ ਬੰਦ ਹੋਣ ਤੋਂ ਬਾਅਦ 'ਚ। ਚੱਲ ਮੇਰਾ ਪੁੱਤ 2 ਆਪਾਂ 1 ਦਿਨ ਰਿਲੀਜ਼ ਹੋਣ ਤੋਂ ਬਾਅਦ 'ਚ ਉਹ ਰੁਕ ਗਈ, ਹੈ ਨਾ, ਤਾਂ ਬਹੁਤ ਵੱਡਾ ਜਿਹੜਾ ਹੈਗਾ ਲੌਸ ਪ੍ਰੋਡਿਊਸਰਸ ਨੂੰ ਹੁੰਦਾ ਹੈ ਨਾ। ਪ੍ਰੋਡਿਊਸਰ ਹੈ ਚਾਹੇ ਇੰਟਰਟੇਨਮੈਂਟ ਇੰਡਸਟਰੀ ਨਾਲ ਜੁੜਿਆ ਹੋਇਆ ਹਰ ਇੱਕ ਬੰਦਾ, ਚਾਹੇ ਉਹ ਸਪੋਰਟ ਬੋਆਏ ਆ ਚਾਹੇ ਉਹ DOP ਹੈ, ਕਿਉਂਕਿ ਜੇ ਆਪਣਾ ਜਿਹੜਾ ਕੰਮ ਹੈ ਇੱਕ ਦੂਜੇ ਦੇ ਸਰਕਲ ਦੇ ਅਕੋਰਡਿੰਗਲੀ ਉਹ ਚੱਲਦਾ, ਸੋ ਨੁਕਸਾਨ ਤਾਂ ਹੈਗਾ, ਬਟ ਇਹ ਕਿ ਕੁਦਰਤ ਦੀ ਕਰੋਪੀ ਅੱਗੇ ਤੁਸੀਂ ਕੁਛ ਵੀ ਕਰ ਨਹੀਂ ਸਕਦੇ ਜੀ। ਸੋ ਐਂਟਰਟੇਨਮੈਂਟ ਇੰਡਸਟਰੀ ਦੀ ਜਿਵੇਂ ਚੇਂਜਸ ਦੀ ਮੈਂ ਗੱਲ ਕੀਤੀ ਸੀਗੀ ਵੀ ਅੱਗੇ ਹੁਣ ਕੀ ਚੇਂਜਸ ਆਣਗੇ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਕੋਰੋਨਾ ਵਾਇਰਸ ਤੋਂ ਬਾਅਦ? ਅਨੂ ਜੀ, ਮੈਨੂੰ ਇਹ ਲੱਗਦਾ ਕਿ ਮੈਂ ਜਿੱਥੇ ਤੱਕ ਫਿਲਮਾਂ ਬਣਨ ਦਾ ਜਿਹੜਾ ਦਾਇਰਾ ਹੈਗਾ ਹਨਾ, ਉਹ ਮੈਨੂੰ ਲੱਗਦਾ ਕਿ ਬਹੁਤ ਹੱਦ ਤੱਕ ਸੇਮ ਰਹੇਗਾ, ਪਰ ਪ੍ਰਮੋਸ਼ਨਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ। ਜੇ ਅਸੀਂ ਆਪਣੀ ਪੀਅਰ ਏਜੰਸੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਪਹਿਲਾਂ ਤੋਂ ਹੀ ਇਸ ਚੀਜ਼ ਨੂੰ ਹੁਣ ਪਲਾਨ ਕਰਕੇ ਚੱਲੇ ਹੋਏ ਹਾਂ, ਕਿਉਂਕਿ ਸੋਸ਼ਲ ਡਿਸਟੈਂਸਿੰਗ ਤੋਂ ਇਲਾਵਾ ਵੀ ਆਪਾਂ ਜੇ ਦੇਖਦੇ ਹਾਂ ਜਿੱਦਾਂ ਆਪਾਂ ਪਹਿਲਾਂ ਪ੍ਰੈਸ ਕਾਨਫਰੰਸਿਸ ਕਰਦੇ ਸੀ, ਹੈ ਨਾ, ਤਾਂ ਉਹਦੇ ਵਿੱਚ ਆਪਾਂ ਇਕੱਠ ਕਰਦੇ ਸੀ ਜਾਂ ਸ਼ੋਜ਼ ਕਰਦੇ ਸੀਗੇ, ਹੋਰ ਬਹੁਤ ਸਾਰੀਆਂ ਚੀਜ਼ਾਂ ਸੀ। ਹੁਣ ਸਾਨੂੰ ਇਹ ਦੇਖਣਾ ਪੈਣਾ ਕਿ ਕਿੰਨੇ ਆਪਾਂ ਬੰਦੇ ਅਰੇਂਜਮੈਂਟ ਕਰ ਸਕਦੇ ਹਾਂ। 1-on-1 ਇੰਟਰਵਿਊ ਦਾ ਜਿਹੜਾ ਦੌਰ ਹੈ ਉਹ ਜ਼ਿਆਦਾ ਮੈਨੂੰ ਲੱਗਦਾ ਕਿ ਆਏਗਾ, ਔਰ ਜਿੱਦਾਂ ਆਪਾਂ ਇੰਟਰਵਿਊ ਕਰ ਰਹੇ ਹਾਂ ਜਾਂ ਪਿਛਲੇ ਦੌਰ 'ਚ ਜਦੋਂ ਦਾ ਕਰੋਨਾ ਦਾ ਜਾਂ ਲੋਕਡਾਊਨ ਦਾ ਜਿਹੜਾ ਸੀਜ਼ਨ ਆ ਉਹ ਚੱਲ ਰਿਹਾ, ਉਦੋਂ ਤੋਂ ਲਾਈਵ ਜਿਹੜਾ ਸੀਜ਼ਨ ਹੈ ਇੰਟਰਵਿਊ ਦਾ ਸ਼ੁਰੂ ਹੋਇਆ ਹੋਇਆ, ਮੈਨੂੰ ਲੱਗਦਾ ਕਿ ਇਸੇ ਤਰ੍ਹਾਂ ਹੀ ਕੰਮ ਨੂੰ ਅੱਗੇ ਲੈ ਕੇ ਜਾਣਾ ਪਏਗਾ। ਬਹੁਤ ਹੱਦ ਤੱਕ ਚੀਜ਼ਾਂ ਲਾਈਵ ਹੋ ਜਾਣਗੀਆਂ, ਸ਼ੋਜ਼ ਆ ਜਿਹੜੇ ਉਹ ਬਹੁਤ ਜ਼ਿਆਦਾ ਘੱਟ ਜਾਣਗੇ, ਬਾਕੀ ਤਾਂ ਜਿੰਨੀ ਵੀ ਪ੍ਰਮੋਸ਼ਨਸ ਹੈਗੀ ਆ ਉਹ ਚਾਹੇ ਉਹ ਸੋਸ਼ਲ ਮੀਡੀਆ ਦੀ ਉਹ ਕੰਟੀਨਿਊ ਰਹੇਗੀ, ਦੈਨ ਉਸ ਤੋਂ ਬਾਅਦ TV ਦੀ ਹੈਗੀ ਆ, ਉਹਨਾਂ 'ਚ ਕੋਈ ਜ਼ਿਆਦਾ ਫਰਕ ਨਹੀਂ ਆਏਗਾ ਜੀ। ਮੈਂ ਪੀ ਆਰ ਏਜੰਸੀ ਦੀ ਜਿਵੇਂ ਪਹਿਲਾਂ ਗੱਲ ਕੀਤੀ ਸੀਗੀ ਵੀ ਪੀ ਆਰ ਏਜੰਸੀ ਇੱਦਾਂ ਦੀਆਂ ਹੁੰਦੀਆਂ ਨੇ ਜੋ ਫਿਲਮ ਨੂੰ ਪ੍ਰਮੋਟ ਕਰਦੀਆਂ ਨੇ, ਫਿਲਮ ਦੀ ਸਕਸੈਸ ਦੇ ਪਿੱਛੇ ਬੜਾ ਹੱਥ ਹੁੰਦਾ ਉਹਨਾਂ ਦਾ। ਤੁਹਾਡੀ ਏਜੰਸੀ ਦੀ ਜੇ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਤੁਹਾਨੂੰ ਚੱਲਣਾ ਪਿਆ, ਕਿਉਂਕਿ ਇਸ ਟਾਈਮ ਤੇ ਕੋਈ ਵੀ ਫਿਲਮ ਹੁਣ ਰਿਲੀਜ਼ ਨਹੀਂ ਹੋ ਰਹੀ ਤਾਂ ਪ੍ਰਮੋਸ਼ਨਸ ਦਾ ਕੋਈ ਕੰਮ ਨਹੀਂ ਹੈਗਾ। ਫਿਲਮਾਂ ਕਈ ਇੱਦਾਂ ਦੀਆਂ ਨੇ ਜਿਹੜੀਆਂ ਰਿਲੀਜ਼ ਬੇਸ਼ੱਕ ਹੋਈਆਂ ਸੀਗੀਆਂ ਉਸ ਟਾਈਮ ਤੇ, ਜਿਵੇਂ ਕਿ ਤੁਸੀਂ ਚੱਲ ਮੇਰਾ ਪੁੱਤ ਦੀ ਗੱਲ ਕੀਤੀ ਤਾਂ ਕਾਫੀ ਨੁਕਸਾਨ ਇਸ ਫਿਲਮ ਨੂੰ ਚੱਲਣਾ ਪਿਆ। ਕਈ ਇੱਦਾਂ ਦੀਆਂ ਫਿਲਮਾਂ ਨੇ ਜਿਨ੍ਹਾਂ ਦੀ ਡੇਟਸ ਫਿਕਸ ਹੋ ਚੁੱਕੀਆਂ ਸੀਗੀਆਂ, ਉਹਨਾਂ ਨੂੰ ਵੀ ਉਹਨਾਂ ਨੂੰ ਵਾਪਿਸ ਲੈਣਾ ਪਿਆ।
ਕਈ ਫਿਲਮਾਂ ਅੱਗੇ ਵਧਾ ਦਿੱਤੀਆਂ ਗਈਆਂ, ਉਹ ਸਭ ਦਾ ਨੁਕਸਾਨ ਕਾਫੀ ਹੋਇਆ ਤੇ ਤੁਹਾਡੀ ਏਜੰਸੀ ਨੂੰ ਇਸ ਦਾ ਕੀ ਨੁਕਸਾਨ ਹੋਇਆ? ਅਨੂ ਜੀ, ਮੈਨੂੰ ਇਹ ਲੱਗਦਾ ਕਿ ਜ਼ਿਆਦਾ ਨੁਕਸਾਨ ਦਾ ਇਹ ਮੁੱਦਾ ਕਿ ਅਗਰ ਮੈਂ ਚੱਲ ਮੇਰਾ ਪੁੱਤ 2 ਦੀ ਗੱਲ ਕਰਦਾ ਜਾਂ ਅਸੀਂ ਬਾਕੀ ਫਿਲਮਾਂ ਜੋ ਉਸ ਦੌਰ ਦੇ ਵਿੱਚ ਉਸ ਤੋਂ ਪਹਿਲਾਂ ਸੁਪਨਾ ਰਿਲੀਜ਼ ਹੋਈ ਸੀ, ਦੈਨ ਉਸ ਤੋਂ ਬਾਅਦ ਚੱਲ ਮੇਰਾ ਪੁੱਤ 2, ਸਾਡੇ ਜਿਹੜੇ ਪ੍ਰੋਡਿਊਸਰ ਆ ਬਹੁਤ ਚੰਗੇ ਹੈਗੇ, ਸਾਡੇ ਜਿਹੜੇ ਪੈਸੇ ਪੂਰੇ ਪੂਰੇ ਆ ਗਏ, ਸਾਨੂੰ ਵੈਸੇ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਕਿ ਉਹਨਾਂ ਫਿਲਮਾਂ ਤੋਂ ਸਾਨੂੰ ਕੋਈ ਪ੍ਰੋਬਲਮ ਆਈ ਹੋਵੇ, ਬਟ ਇਹ ਹੈ ਕਿ ਅੱਗੇ ਦੇ ਜੋ ਪ੍ਰੋਜੈਕਟ ਸੀਗੇ ਜਿਹੜੇ ਬੰਦ ਹੋ ਗਏ ਨਾ, ਤੇ ਉਸ ਤੋਂ ਮੈਂ ਲੌਸ ਨਹੀਂ ਕਹਿ ਸਕਦਾ ਕਿਉਂਕਿ ਉਹ ਹਾਲੇ ਤੱਕ ਰਿਲੀਜ਼ ਨਹੀਂ ਹੋਏ। ਜੇ ਉਹ ਰਿਲੀਜ਼ ਹੋ ਕੇ ਸਾਨੂੰ ਕੋਈ ਇਫੈਕਟ ਕਰ ਦਿੱਤਾ ਉਹ ਬਾਅਦ ਦੀ ਗੱਲ ਸੀ, ਪਰ ਹੁਣ ਜਦੋਂ ਵੀ ਮੈਨੂੰ ਲੱਗਦਾ ਕਿ ਕੰਮ ਖੁੱਲੂਗਾ ਤਾਂ ਪਹਿਲਾਂ ਨਾਲੋਂ ਡਬਲ ਹੋਊਗਾ। ਜਦੋਂ ਇੱਕੋ ਦਮ ਸਾਡੇ ਕੋਲ ਬਹੁਤ ਸਾਰਾ ਸਾਡੇ ਕੋਲ ਬਹੁਤ ਸਾਰੀ ਫਿਲਮਾਂ ਦੀ ਭਰਮਾਰ ਹੋਏਗੀ ਔਰ ਕੰਮ ਵੀ ਬਹੁਤ ਜ਼ਿਆਦਾ ਹੋਏਗਾ, ਔਰ ਨੁਕਸਾਨ ਤਾਂ ਮੈਨੂੰ ਇਹ ਲੱਗਦਾ ਕਿ ਪਿਛਲੇ ਜਿਹੜੇ 2-3 ਮਹੀਨੇ ਵਿਹਲੇ ਬੈਠੇ ਹੋਏ ਹਾਂ ਤਾਂ ਵੀ ਸਾਨੂੰ ਹਰੇਕ ਬੰਦੇ ਨੂੰ ਹੋਇਆ, ਬਟ ਇਹ ਹੈ ਕਿ ਏਦਾਂ ਦਾ ਕੋਈ ਲੌਸ ਨਹੀਂ ਹੈਗਾ ਕਿ ਕਿਤੇ ਪੈਸੇ ਮਰੇ ਹੋਣ ਜਾਂ ਕਿਸੇ ਬੰਦੇ ਨੇ ਪੈਸੇ ਨਾ ਦਿੱਤੇ ਹੋਣ, ਬਿਕੋਜ਼ ਸਾਡੇ ਪ੍ਰੋਡਿਊਸਰ ਸਾਰੇ ਚੰਗੇ ਆ, ਸੋ ਏਦਾਂ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਆ। ਵੀ ਹੁਣ ਵੀ ਸਾਨੂੰ ਵਿਹਲੇ ਬੈਠਿਆਂ ਨੂੰ ਵੀ ਬਹੁਤ ਜਾਣੇ ਫੋਨ ਕਰਕੇ ਕਹਿ ਦਿੰਦੇ ਆ ਜੇ ਕੋਈ ਪੈਸੇ ਵਗੈਰਾ ਚਾਹੀਦੇ ਆ ਤਾਂ ਪਲੀਜ਼ ਤੁਸੀਂ ਦੱਸ ਦਿਓ। ਅੱਛਾ ਜੀ, ਕਈ ਵਾਰ ਏਦਾਂ ਹੁੰਦੇ ਵੀ ਜਿਵੇਂ ਹੁਣ 70 ਦਿਨ ਤੋਂ ਮੇਰੇ ਖਿਆਲ ਨਾਲ ਉੱਪਰ ਹੋ ਚੁੱਕੇ ਨੇ ਜਦੋਂ ਅਸੀਂ ਘਰੇ ਬੈਠੇ ਤਾਂ ਕੰਟੈਕਟਸ ਵੀ ਟੁੱਟ ਜਾਂਦੇ ਨੇ ਘਰੇ ਬੈਠੇ ਬੈਠੇ। ਨਹੀਂ ਜੀ, ਮੈਨੂੰ ਇਹ ਲੱਗਦਾ ਕਿ ਕੰਟੈਕਟ ਬਿਲਕੁਲ ਵੀ ਨਹੀਂ ਟੁੱਟੇ ਹੈਗੇ, ਕੁਛ ਪਲੈਨਿੰਗਸ ਨੇਗੀਆਂ ਜਿਹੜੀਆਂ ਕੰਟੀਨਿਊ, ਆਰਟਿਸਟਾਂ ਦੇ ਵੀ ਆਪਾਂ ਟੱਚ 'ਚ ਹੈਗੇ ਹਾਂ ਔਰ ਪ੍ਰੋਡਿਊਸਰਸ ਵੀ ਜਿੰਨੇ ਆਪਣੇ ਨਾਲ ਕੰਮ ਕਰਦੇ ਆ ਨਾ, ਆਪਾਂ ਉਹਨਾਂ ਦੇ ਵੀ ਟੱਚ 'ਚ ਹੈਗੇ ਹਾਂ, ਕਿਉਂਕਿ ਜਿਹੜੀਆਂ ਜਿਹੜੇ ਲਿੰਕ ਆ ਉਹ ਹਮੇਸ਼ਾ ਉੱਥੇ ਟੁੱਟਦੇ ਜਿੱਥੇ ਸਾਨੂੰ ਲੱਗਦਾ ਕਿ ਅਸੀਂ ਦੁਬਾਰਾ ਕੰਮ ਨਹੀਂ ਕਰਨਾ ਜਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਇਹਨਾਂ ਨਾਲ ਦੁਬਾਰਾ ਕੰਮ ਨਹੀਂ ਕਰਨਾ, ਬਟ ਇੱਦਾਂ ਦਾ ਕੁਛ ਨਹੀਂ ਹੈਗਾ। ਫਿਲਹਾਲ ਮੈਨੂੰ ਲੱਗਦਾ ਕਿ ਸਾਰੇ ਲੱਗੇ ਹੋਏ ਨੇ ਕਿ ਜਲਦੀ ਜਲਦੀ ਜਦੋਂ ਇਹ ਚੀਜ਼ਾਂ ਸਾਰੀਆਂ ਸੌਰਟ ਆਊਟ ਹੋ ਜਾਣਗੀਆਂ ਫਿਰ ਨਵੇਂ ਤਰੀਕੇ ਨਾਲ ਕਿੱਦਾਂ ਆਪਾਂ ਲੈ ਕੇ ਆਵਾਂਗੇ ਚੀਜ਼ਾਂ ਨੂੰ। ਸੋ ਮੈਨੂੰ ਲੱਗਦਾ ਬਹੁਤ ਸਾਰੇ ਪਲਾਨ ਸਾਡੇ ਜਿਹੜੇ ਹੈਗੇ ਆ ਚੱਲ ਰਹੇ ਆ ਡੇਲੀ, ਮੈਂ ਬੇਸ਼ੱਕ ਪਿੰਡਾਂ ਪਿਛਲੇ ਟਾਈਮ ਤੋਂ, ਬਟ ਇਹ ਹੈ ਕਿ ਡੇਲੀ 2-2.5 ਘੰਟੇ ਕਨੈਕਟ ਰਹਿਣਾ ਹੈ ਨਾ ਚੰਡੀਗੜ੍ਹ ਨਾਲ ਜਿੰਨੇ ਵੀ ਲੋਕ ਹੈਗੇ ਆ, ਔਰ ਬਹੁਤ ਸਾਰੀਆਂ ਪਲੈਨਿੰਗਸ ਅੱਗੇ ਵਾਲੇ ਟਾਈਮ ਨੂੰ ਲੈ ਕੇ ਹੋ ਰਹੀਆਂ ਨੇ। ਤੁਹਾਨੂੰ ਲੱਗਦਾ ਵੀ ਆਮ ਲੋਕਾਂ ਦੇ ਵਿੱਚ ਹੀ ਹੁਣ ਇੰਨਾ ਕੁ ਡਰ ਬੈਠਿਆ ਹੋਇਆ, ਜੇ ਅਸੀਂ ਹੁਣ ਵੀ ਜਾਂਦੇ ਹਾਂ ਤਾਂ ਮੌਲਸ ਦੇ ਵਿੱਚ ਜਾਂ ਮਾਰਕੀਟ ਦੇ ਵਿੱਚ ਇੰਨਾ ਕੋਈ ਰਸ਼ ਨਹੀਂ ਹੁੰਦਾ, ਸੜਕਾਂ ਦੇ ਉੱਤੇ ਵੀ ਇੰਨਾ ਕੋਈ ਰਸ਼ ਨਹੀਂ ਹੁੰਦਾ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਹੀ ਡਰ ਬੈਠ ਗਿਆ ਕਿ ਕੋਰੋਨਾ ਵਾਇਰਸ ਨਾ ਹੋ ਜਾਵੇ ਕਿਤੇ ਵੀ, ਅਸੀਂ ਆਪਣੀ ਸੇਫਟੀ ਦਾ ਧਿਆਨ ਰੱਖੀਏ। ਜੇ ਮੌਲਸ ਖੁੱਲ ਜਾਂਦੇ ਨੇ, ਸਿਨੇਮਾਸ ਖੁੱਲ ਜਾਂਦੇ ਨੇ, ਤੁਹਾਨੂੰ ਲੱਗਦਾ ਵੀ ਉਹਨਾਂ ਇਕੱਠ ਹੋ ਸਕੇਗਾ, ਉਨੀ ਭੀੜ ਦੁਆਰਾ ਹੋ ਸਕੇਗੀ? ਅਨੂ ਜੀ, ਇਹ ਚੀਜ਼ ਸਾਡੇ ਮਾਈਂਡ 'ਚ ਵੀ ਆਉਂਦੀ ਹੈ ਨਾ, ਮੈਂ ਵੀ ਇਹ ਚੀਜ਼ ਰੋਜ਼ ਸੋਚਦਾ, ਤੁਸੀਂ ਵਧੀਆ ਸਵਾਲ ਪੁੱਛਿਆ। ਉਹਦੇ 'ਚ ਇਹ ਹੈ ਕਿ ਡਰ ਤਦ ਤੱਕ ਹੈ ਜਦ ਤੱਕ ਸਾਨੂੰ ਇਸ ਚੀਜ਼ ਦਾ ਪ੍ਰੋਪਰ ਪਤਾ ਨਹੀਂ ਲੱਗ ਜਾਂਦਾ ਕਿ ਇਸ ਦੀ ਕੋਈ ਦਵਾਈ ਤਿਆਰ ਹੋ ਚੁੱਕੀ ਹੈ ਜਾਂ ਇਹ ਪੂਰੀ ਤਰ੍ਹਾਂ ਖਤਮ ਹੋ ਗਿਆ। ਜਦ ਤੱਕ ਸਾਨੂੰ ਇਸ ਚੀਜ਼ ਦੀ ਕੋਈ ਖਬਰ ਨਹੀਂ ਆਏਗੀ ਤਾਂ ਡਰ ਕਦੇ ਵੀ ਨਹੀਂ ਜਾਏਗਾ, ਉਹ ਰਹੇਗਾ ਰਹੇਗਾ। ਦੇਖੋ, ਇਫੈਕਟ ਜ਼ਰੂਰ ਪਏਗਾ, ਇਫੈਕਟ ਇਹ ਵੀ ਪੈਣਾ, ਔਰ ਜਿੱਥੇ ਸਾਨੂੰ ਲੱਗਦਾ ਕਿ ਸੋਸ਼ਲ ਡਿਸਟੈਂਸਿੰਗ ਕਰਕੇ ਜਦੋਂ ਤੁਸੀਂ ਸਿਨੇਮਾ ਖੁੱਲਦੇ ਆ ਨਾ, ਉਸ ਤੋਂ ਬਾਅਦ ਉਹਨਾਂ ਦੇ ਅੰਦਰ ਹੋਣ ਵਾਲਾ ਜਿਹੜਾ ਕਰਾਊਡ ਆ ਉਹ ਵੀ ਬਹੁਤ ਹੱਦ ਤੱਕ ਘੱਟ ਜਾਏਗਾ, ਕਿਉਂਕਿ ਅਗਰ ਉਹ ਇੱਕ ਸੀਟ ਛੱਡ ਗਏ ਜਾਂ ਜਿੱਦਾਂ ਉਹਨਾਂ ਦਾ ਲੇਆਊਟ ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਨਾ, ਉਹ ਪ੍ਰੋਪਰ ਵੇ ਨਾਲ ਜਿੱਦਾਂ ਉਹ ਕੰਮ ਕਰਨਗੇ, ਦੇਖੋ ਫਰਕ ਪਏਗਾ। ਬਟ ਇਹ ਹੈ ਕਿ ਪੂਰੀ ਤਰ੍ਹਾਂ ਜੋ ਫਰਕ ਅੱਜ ਪਿਆ ਹੋਇਆ ਥੋੜਾ ਬਹੁਤ ਫਾਇਦਾ ਵੀ ਹੋਏਗਾ, ਅਗਰ ਪਹਿਲਾਂ ਦੀ ਤਰ੍ਹਾਂ ਆਪਾਂ ਇਹ ਕਹਿ ਲਈਏ ਕਿ ਪਹਿਲਾਂ ਦੀ ਤਰ੍ਹਾਂ ਪ੍ਰੋਫਿਟਸ ਨਹੀਂ ਹੋਣਗੇ, ਪਰ ਇਹ ਹੈ ਕਿ ਜੋ ਹੁਣ ਨੁਕਸਾਨ ਆਪਾਂ ਚੱਲ ਰਹੇ ਹਾਂ ਜਿਹੜੀਆਂ ਚੀਜ਼ਾਂ ਬੰਦ ਨੇ ਬਿਲਕੁਲ, ਹੈ ਨਾ, ਇਹ ਥੋੜੀ ਹੌਲੀ ਹੌਲੀ ਕਰਕੇ ਸਾਨੂੰ ਚੱਲਣਾ ਤਾਂ ਪੈਣਾ, ਕਿਉਂਕਿ ਜੇ ਅਸੀਂ ਕਿਸੇ ਚੀਜ਼ ਤੇ ਡਰ ਤੋਂ ਘਰ ਬੈਠੇ ਰਹੇ ਤਾਂ ਮੈਨੂੰ ਲੱਗਦਾ ਕਿ ਬੰਦੇ ਨੇ ਘਰ ਬਹਿ ਬਹਿ ਕੇ ਵੈਸੇ ਹੀ ਖਤਮ ਹੋ ਜਾਣਾ, ਤੇ ਪਰ ਇਹ ਕਿ ਆਪਣੀ ਪੂਰੀ ਸੇਫਟੀ ਦੇ ਨਾਲ ਪੂਰੇ ਜੋ ਵੀ ਹੈ ਨਾ ਸਰਕਾਰ ਵੱਲੋਂ ਜੋ ਵੀ ਪ੍ਰੀਕੋਸ਼ਨ ਜੋ ਵੀ ਸਾਨੂੰ ਕਿਹਾ ਜਾ ਰਿਹਾ ਉਹਦੇ ਅਕੋਰਡਿੰਗਲੀ ਅਸੀਂ ਚੱਲਾਂਗੇ ਤਾਂ ਹੋਪਫੁਲੀ ਸਭ ਜਲਦੀ ਜਲਦੀ ਠੀਕ ਹੋ ਜਾਣਾ। ਬਿਲਕੁਲ, ਵੈਸੇ ਤਾਂ ਕਿਉਂਕਿ ਸਰਕਾਰਾਂ ਆਪਣੇ ਤਰੀਕੇ ਨਾਲ ਕੰਮ ਕਰ ਰਹੀਆਂ ਨੇ, ਜਿਵੇਂ ਸਕੂਲ ਦੀ ਗੱਲ ਕੀਤੀ ਗਈ ਵੀ ਹਲੇ ਤੱਕ ਉਹਦੇ ਤੇ ਵਿਚਾਰ ਚਰਚਾ ਚੱਲ ਰਹੀ ਹੈ ਵੀ ਉਹਨਾਂ ਨੂੰ ਹਲੇ ਅਸੀਂ ਰੁਕ ਕੇ ਹੀ ਖੋਲੀਏ ਤਾਂ ਚੰਗੀ ਗੱਲ ਹੈ, ਕਿਉਂਕਿ ਬੱਚਿਆਂ ਦੇ ਫਿਊਚਰ ਦਾ ਸਵਾਲ ਹੈ, ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ। ਇਜ਼ਰਾਈਲ ਦੇ ਪਾਸਿਓਂ ਕਿਉਂਕਿ ਇੱਕ ਖਬਰ ਆ ਰਹੀ ਸੀਗੀ ਕਿ ਉੱਥੇ ਸਕੂਲਸ ਖੋਲਤੇ ਸੀ ਉਹਨਾਂ ਨੇ ਤੇ ਉੱਥੋਂ 7,000 ਬੱਚਾ ਹੁਣ ਵਿਦ ਸਟਾਫ ਉਹਨਾਂ ਨੇ ਹੁਣ ਕੁਆਰੰਟੀਨ ਕੀਤਾ ਹੋਇਆ, 250 ਬੱਚਾ ਕਰੋਨਾ ਪੋਜ਼ਿਟਿਵ ਆ ਗਿਆ। ਸੋ ਹਰ ਇੱਕ ਤਰੀਕੇ ਨਾਲ ਮੇਰੇ ਖਿਆਲ ਨਾਲ ਇਹਤਿਆਤ ਵਰਤਣੀ ਜ਼ਰੂਰੀ ਹੈ, ਸਰਕਾਰ ਵੀ ਮੇਰੇ ਖਿਆਲ ਨਾਲ ਉਹ ਸੋਚ ਸਮਝ ਕੇ ਹੀ ਹੁਣ ਜੇ ਕੁਝ ਖੋਲੇਗੀ। ਸੋ ਜਿਹੜੇ ਸਟਾਰਸ ਨੇ ਜਦੋਂ ਫਿਲਮਾਂ ਰਿਲੀਜ਼ ਹੋਣਗੀਆਂ, ਪ੍ਰੋਡਿਊਸਰਸ ਕੋਲ ਕਾਫੀ ਪਲੈਟਫਾਰਮਸ ਨੇ ਜਿਨ੍ਹਾਂ 'ਤੇ ਉਹ ਆਪਣੀ ਫਿਲਮ ਰਿਲੀਜ਼ ਕਰ ਸਕਦੇ ਨੇ, ਔਨਲਾਈਨ ਰਿਲੀਜ਼ ਕਰ ਸਕਦੇ ਨੇ, ਉਹਨਾਂ ਕੋਲ ਆਲਟਰਨੇਟਿਵ ਹੈਗਾ ਇੱਕ, ਤੇ ਉਹਦੇ 'ਚ ਪੀ ਆਰ ਏਜੰਸੀਜ਼ ਨੂੰ ਤੁਹਾਨੂੰ ਲੱਗਦਾ ਵੀ ਨੁਕਸਾਨ ਹੋਏਗਾ ਜੇ ਅੱਗੇ ਉਹ ਇੱਦਾਂ ਦਾ ਕੋਈ ਸਟੈਪ ਚੁੱਕਦੇ ਨੇ ਕਿ ਅਸੀਂ ਔਨਲਾਈਨ ਹੀ ਕਰੀਏ ਰਿਲੀਜ਼? ਤਾਂ ਨਹੀਂ, ਦੇਖੋ, ਕਿਸੇ ਵੀ ਚੀਜ਼ ਨੂੰ ਤੁਸੀਂ ਚਾਹੇ ਉਹ ਸਿਨੇਮਾ 'ਚ ਰਿਲੀਜ਼ ਕਰਦੇ ਹੋ ਚਾਹੇ ਤੁਸੀਂ ਉਹਨੂੰ ਔਨਲਾਈਨ ਰਿਲੀਜ਼ ਕਰਦੇ ਹੋ, ਪ੍ਰਮੋਸ਼ਨ ਦੀ ਜ਼ਰੂਰਤ ਉਨੀ ਹੀ ਪੈਂਦੀ ਹੈ। ਲੋਕਾਂ ਤੱਕ ਪਹੁੰਚਾਉਣ ਦੇ ਲਈ ਤੁਹਾਨੂੰ ਉਹਦੀ ਜਿਹੜੀ ਮਾਰਕੀਟਿੰਗ ਹੈਗੀ ਆ, ਉਹਦੀ ਉਹ ਪਬਲਿਸਿਟੀ ਜਿਹੜੀ ਹੈਗੀ ਆ, ਤੁਹਾਨੂੰ ਉਹ ਕਰਨੀ ਪੈਣੀ ਆ। ਬਿਕੋਜ਼ ਮੈਨੂੰ ਕਦੇ ਵੀ ਨਹੀਂ, ਬਹੁਤ ਬਹੁਤ ਵਾਰੀ, ਇੱਕ ਦੋ ਵਾਰੀ ਮੈਨੂੰ ਹੋਰ ਵੀ ਬਹੁਤ ਜਣਾ ਨੇ ਇਹ ਚੀਜ਼ ਪੁੱਛੀ ਆ, ਪਰ ਕਦੇ ਵੀ ਇਹ ਚੀਜ਼ ਪੋਸ
ਬਿਲਕੁਲ ਸਰ, ਰਾਹਤ ਦੀ ਜੇ ਗੱਲ ਕਰੀਏ ਤਾਂ ਸਰਕਾਰ ਵੱਲੋਂ ਹਰ ਇੱਕ ਨੂੰ ਹੈ ਨਾ ਰਾਹਤ ਪੈਕੇਜ ਦੇ ਤੌਰ 'ਤੇ ਇੱਕ ਪੈਕੇਜ ਦਿੱਤਾ ਗਿਆ ਜਿਹੜਾ ਕਿ ਉਹਨੂੰ ਅਸੀਂ ਰਾਹਤ ਪੈਕੇਜ ਮੰਨਿਆ, ਪਰ ਐਂਟਰਟੇਨਮੈਂਟ ਇੰਡਸਟਰੀ ਵਾਸਤੇ ਇੱਦਾਂ ਦਾ ਕੁਝ ਹੋਇਆ ਕਿ ਉਹਨਾਂ ਐਂਟਰਟੇਨਮੈਂਟ ਇੰਡਸਟਰੀ ਨੂੰ ਵੀ ਕੋਈ ਰਾਹਤ ਪੈਕੇਜ ਦਿੱਤਾ ਗਿਆ ਹੋਵੇ? ਨਹੀਂ ਇਹਨੂੰ ਜੀ, ਮੈਨੂੰ ਇਹ ਲੱਗਦਾ ਕਿ ਜਿਹੜੇ ਜਿਹੜੇ ਰਾਹਤ ਪੈਕੇਜ ਦਿੱਤੇ ਹੋਏ ਆ ਜਿਹੜੇ ਲੋਕਾਂ ਨੂੰ ਕਹਿ ਰਹੇ ਆ, ਉਹ ਵੀ ਸਿਰਫ ਗੱਲਾਂ 'ਚ ਹੀ ਦਿੱਤੇ ਹੋਏ ਆ। ਜੇ ਅਸੀਂ ਕਹਿ ਲਈਏ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੁਛ ਵੀ ਮਤਲਬ ਕਿਸੇ ਚੀਜ਼ ਦਾ ਵੀ ਆਪਣਾ ਫਾਈਨਾਂਸ 'ਤੇ ਲਾ ਲਓ ਜਾਂ ਕਿਤੇ ਵੀ ਲਾ ਲਓ, ਵਿਆਜ ਨਹੀਂ ਲੱਗੇਗਾ, ਜਾਂ ਮੈਂ ਪਿਛਲੇ 70 ਦਿਨ ਤੋਂ ਪਿੰਡ 'ਚ ਆਉਣਾ ਤਾਂ ਮੈਨੂੰ ਰੋਜ਼ ਇੱਥੇ ਇੱਦਾਂ ਦੇ ਭਰਾ ਮਿਲਦੇ ਆ ਜਿਹਨਾਂ ਦੇ ਕਰਜ਼ੇ ਸੀਗੇ ਜਿਹਨਾਂ 'ਤੇ, ਜਾਂ ਉਹ ਜਿਹੜੇ ਰੋਜ਼ ਡਿਸਕਸ ਕਰਦੇ ਆ, ਤੁਸੀਂ ਸੱਤ ਚਲੇ ਜਾਓ, ਕਿਸੇ ਦਾ ਕੁਛ ਵੀ ਮਾਫ਼ ਨਹੀਂ ਹੋਇਆ। ਇਹ ਗੱਲਾਂ ਸਿਰਫ ਮੈਨੂੰ ਲੱਗਦਾ ਹਵਾ 'ਚ ਹੋਈਆਂ ਨੇ ਜਾਂ ਨਿਊਜ਼ ਚੈਨਲਸ 'ਤੇ ਹੋਈਆਂ ਨੇਗੀਆਂ, ਪਰ ਇਹਨਾਂ ਨੂੰ ਪ੍ਰੈਕਟੀਕਲ ਨਹੀਂ ਕੀਤਾ ਗਿਆ। ਇਹ ਪਤਾ ਨਹੀਂ ਕਿੱਥੇ ਕਿਹਨੂੰ ਪੈਕੇਜ ਵੰਡ ਕੇ ਚਲੇ ਗਏ ਉਹ। ਬਿਲਕੁਲ ਸਰ, ਲੋਕਾਂ ਦਾ ਵੀ ਇਹੀ ਕਹਿਣਾ ਸੀਗਾ ਵੀ ਮਤਲਬ 20 ਲੱਖ ਕਰੋੜ ਦੀ ਵੈਲਿਊ ਵੀ ਨਹੀਂ ਅੱਜ ਕੱਲ੍ਹ ਤੇਰੇ ਪਤਾ ਹੀ ਨਹੀਂ ਲੱਗਿਆ ਕਦੋਂ ਆਏ ਤੇ ਕਦੋਂ ਚਲੇ ਗਏ, ਕਦੋਂ ਚਲੇ ਗਏ। ਜਿੱਦਾਂ ਪੰਜਾਬ ਗਵਰਨਮੈਂਟ ਨੇ ਵੀ ਇਹ ਚੀਜ਼ਾਂ ਬਹੁਤ ਕਹੀਆਂ ਸੀਗੀਆਂ ਕਿ ਬਹੁਤ ਬਹੁਤ ਸਾਰੀਆਂ ਰਹਿਤਾਂ ਲੋਕਾਂ ਨੂੰ ਦੇਣ ਦੀ ਗੱਲ ਹੋਈ ਸੀ, ਉਹ ਸਿਰਫ ਗੱਲਾਂ 'ਚ ਹੀ ਹੈਗਾ। ਜਦੋਂ ਗਰਾਊਂਡ ਦੇ ਉੱਤੇ ਆ ਕੇ ਰਿਐਲਿਟੀ, ਖਾਸ ਕਰ ਤੁਸੀਂ ਪਿੰਡਾਂ 'ਚ ਜਾਂ ਕਿਤੇ ਵੀ ਮਜ਼ਦੂਰ ਵਰਗ ਨੂੰ ਜਾਂ ਹੇਠਲੇ ਵਰਗ ਨੂੰ ਜਦੋਂ ਦੇਖਦੇ ਹੋ ਨਾ, ਤਾਂ ਤੁਹਾਨੂੰ ਪਤਾ ਲੱਗਦਾ ਕਿ ਨਹੀਂ ਯਾਰ, ਇਹ ਲੋਕ ਐਕਚੁਅਲ 'ਚ ਹਾਲੇ ਵੀ ਦੁਖੀ ਹੈ। ਇਹਨਾਂ ਨੂੰ ਕੋਈ ਵੀ ਸਰਕਾਰ, ਦੇਖੋ ਤੁਸੀਂ 2 ਤੋਂ 3 ਮਹੀਨੇ ਸਰਕਾਰ ਸਾਨੂੰ ਰੋਟੀ ਨਹੀਂ ਖਵਾ ਸਕਦੀ, ਸਾਡੇ ਤੋਂ ਟੈਕਸ ਲੈ ਕੇ, ਸਾਡੇ ਤੋਂ ਸਭ ਕੁਛ ਲੈ ਕੇ ਵੀ, ਮਤਲਬ ਸਾਨੂੰ ਜੇ 3 ਮਹੀਨੇ ਸਰਕਾਰ ਦੀ ਲੋੜ ਪਈ ਹੈ ਤਾਂ ਸਰਕਾਰ ਉਹਨਾਂ 3 ਮਹੀਨਿਆਂ 'ਚ ਹੀ ਹਾਰ ਗਈ। ਤੇ ਮੈਨੂੰ ਲੱਗਦਾ ਕਿ ਬੰਦੇ ਨੂੰ ਖੁਦ ਤੋਂ ਉਮੀਦ ਰੱਖਣੀ ਚਾਹੀਦੀ ਹੈ, ਕਿਸੇ ਤੋਂ ਨਹੀਂ। ਫਿਲਹਾਲ ਇਹ ਇੱਦਾਂ ਦੀ ਘੜੀ ਹੈ। ਇੱਧਰ ਤਾਂ ਪਹਿਲਾਂ ਹੀ ਕਹਿਤਾ, ਕਹਿੰਦੇ ਆਤਮ ਨਿਰਭਰ ਬਣੋ, ਅਸੀਂ ਤਾਂ ਪਹਿਲਾਂ ਤੋਂ ਹੀ ਆਤਮ ਨਿਰਭਰ ਬਣੇ ਹੋਏ ਹਾਂ ਜੀ। ਤੇ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਨਾ ਰਾਹਤ ਪੈਕੇਜ, ਤੁਹਾਡੀ ਕੋਈ ਐਕਸਪੈਕਟੇਸ਼ਨਸ ਹੈਗੀਆਂ ਵੀ ਸਰਕਾਰ ਵੱਲੋਂ ਕਿ ਸਰਕਾਰ ਤੁਹਾਨੂੰ ਕੋਈ ਰਾਹਤ ਪੈਕੇਜ ਦੇਵੇ ਜਾਂ ਐਂਟਰਟੇਨਮੈਂਟ ਇੰਡਸਟਰੀ ਵੱਲ ਵੀ ਥੋੜਾ ਧਿਆਨ ਦੇਵੇ? ਕਿਉਂਕਿ ਗਾਈਡਲਾਈਨਸ ਜ਼ਰੂਰ ਉਹਨਾਂ ਨੇ ਦਿੱਤੀਆਂ ਨੇ ਕਿ, ਪਰ ਗਾਈਡਲਾਈਨਸ ਵੀ ਕੁਛ ਇੱਦਾਂ ਦੀਆਂ ਹੀ ਨੇ ਕਿ ਜਿਹੜੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ, ਬੇਸ਼ੱਕ ਸਰਕਾਰ ਦਾ ਇਹ ਫੈਸਲਾ ਬਿਲਕੁਲ ਸਹੀ ਹੈ, ਉਹਨਾਂ ਦੀ ਸੇਫਟੀ ਵਾਸਤੇ ਬਿਲਕੁਲ ਸਹੀ ਹੈ ਕਿ 10 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਉਹ ਸ਼ੂਟ ਨਹੀਂ ਕਰਨਗੇ ਕਿਸੇ ਵੀ ਤਰੀਕੇ ਦਾ, ਜਾਂ 65 ਸਾਲ ਤੋਂ ਉੱਪਰ ਦੀ ਉਮਰ ਦੇ ਜਿਹੜੇ ਲੋਕ ਨੇ, ਬਜ਼ੁਰਗ ਨੇ ਜਿਹੜੇ, ਉਹ ਨਹੀਂ ਕੋਈ ਵੀ ਸ਼ੂਟ ਕਰਨਗੇ। ਪਰ ਕਈ ਸੀਰੀਅਲਸ ਜਾਂ ਕਈ ਮੂਵੀਜ਼ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀ ਘੁੰਮਦੀਆਂ ਹੀ ਇੱਕ ਬੱਚੇ ਦੇ ਉੱਪਰ ਨੇ ਜਾਂ ਇੱਕ ਬਜ਼ੁਰਗ ਦੇ ਉੱਪਰ ਘੁੰਮਦੀਆਂ ਨੇ, ਉਹਨਾਂ ਨੂੰ ਕਿੰਨਾ ਨੁਕਸਾਨ ਹੋਏਗਾ ਸੀਰੀਅਲਸ ਨੂੰ ਜਾਂ ਫਿਰ ਉਹਨਾਂ ਸਟਾਰਸ ਨੂੰ ਜਿਹੜੇ ਉਹਨਾਂ ਦੇ ਵਿੱਚ ਕੰਮ ਕਰਦੇ ਸੀਗੇ? ਦੇਖੋ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਕੋਈ ਉਮੀਦ ਕਰਦੇ ਹਾਂ ਜਾਂ ਨਹੀਂ ਕਰਦੇ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਦੇਖੋ, ਪੰਜਾਬ ਗਵਰਨਮੈਂਟ ਨੇ ਵੀ ਅਗਰ ਕੋਈ ਰਾਹਤ ਪੈਕੇਜ ਦਿੱਤਾ ਜਾਂ ਕੁਛ ਵੀ ਐਲਾਨਿਆ, ਤੁਸੀਂ ਕਦੇ ਵੀ ਇੰਟਰਟੇਨਮੈਂਟ ਦਾ ਨਾਮ ਉਹਦੇ 'ਚ ਸੁਣਿਆ ਨਹੀਂ। ਮੈਨੂੰ ਲੱਗਦਾ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਇਹ ਇੰਡਸਟਰੀ ਹੈਗੀ ਆ ਅੱਜ ਤੱਕ ਕਦੇ ਵੀ। ਹੁਣ ਮੈਂ ਪਿੱਛੇ ਦੇ ਨਿਊਜ਼ ਦੇਖ ਰਿਹਾ ਸੀ ਕਿ ਗੁਰਪ੍ਰੀਤ ਘੁੱਗੀ ਭਾਅ ਜੀ, ਮਲਕੀਤ ਰੋਨੀ ਸਰ, ਉਹਨਾਂ ਨੇ ਸ਼ਾਇਦ ਕੋਈ ਉਹਨਾਂ ਨੂੰ ਕਿਹਾ ਕਰਨ ਦੇ ਲਈ। ਮੈਨੂੰ ਇਹ ਲੱਗਦਾ ਕਿ ਸ਼ਾਇਦ ਉਹਨਾਂ ਲੋਕਾਂ ਦਾ, ਜੇ ਅਸੀਂ ਆ ਠੀਕ ਹੈ, ਅਸੀਂ ਸੈੱਟ ਆ, ਕੋਈ ਪ੍ਰੋਬਲਮ ਨਹੀਂ, ਪਰ ਜਿਹੜੇ ਗਰਾਊਂਡ 'ਤੇ ਰਹਿ ਕੇ ਲੋਕ ਕੰਮ ਕਰਦੇ ਆ, ਚਾਹੇ ਉਹ ਸਪੋਰਟ ਬੋਆਏ ਹੋ ਗਏ, ਚਾਹੇ ਉਹ ਲਾਈਟਮੈਨ ਹੋ ਗਏ, ਉਹਨਾਂ ਲੋਕਾਂ ਦਾ ਸਰਕਾਰ ਨੂੰ ਜ਼ਰੂਰ ਦੇਖਣਾ ਚਾਹੀਦਾ ਜਿਹਨਾਂ ਦਾ ਡੇਲੀ ਬੇਸਿਸ ਦੇ ਉੱਪਰ ਕੰਮ ਖੜਾ ਸੀਗਾ ਤੇ ਜਿਹਨਾਂ ਦਾ ਬਿਲਕੁਲ ਹੀ ਖਤਮ ਹੋ ਚੁੱਕਿਆ ਅੱਜ। ਸੋ ਉਹਨਾਂ ਲਈ ਜ਼ਰੂਰ ਕੁਛ ਨਾ ਕੁਛ ਸਰਕਾਰ ਨੂੰ ਕਰਨਾ ਚਾਹੀਦਾ, ਪਰ ਇਹ ਹੈ ਕਿ ਅਸੀਂ ਇੱਦਾਂ ਦੀ ਸਰਕਾਰ ਤੋਂ ਉਮੀਦ ਕਰ ਹੀ ਨਹੀਂ ਸਕਦੇ ਜੀ। ਸੋ ਜਦੋਂ ਜਿੱਦਾਂ ਅਸੀਂ ਆਪਣੀ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀਏ ਤੇ ਐਂਟਰਟੇਨਮੈਂਟ ਇੰਡਸਟਰੀ ਸਿਤਾਰਿਆਂ ਨੇ ਖੁਦ ਹੀ ਮਦਦ ਵਾਸਤੇ ਉਹ ਅੱਗੇ ਆਏ ਨੇ। ਸੋਨੂ ਸੂਦ ਦੀ ਗੱਲ ਕਰ ਲਈਏ, ਸਲਮਾਨ ਖਾਨ ਦੀ ਗੱਲ ਕਰ ਲਈਏ, ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਬਿੰਨੂ ਢਿੱਲੋਹੋਰੀ ਹੋ ਗਏ, ਗਿੱਪੀ ਗਰੇਵਾਲ ਹੋ ਗਏ, ਨਿੰਜਾ ਹੋ ਗਏ, ਉਹਨਾਂ ਨੇ ਅੱਗੇ ਆ ਕੇ ਮਦਦ ਕੀਤੀ ਹੈ, ਚਾਹੇ ਉਹ ਸਪੋਟ ਬੋਇਜ਼ ਹੋਣ ਜਾਂ ਜਿੰਨੇ ਵੀ ਲਾਈਟਮੈਨ ਹੋਣ, ਜਿੰਨੇ ਵੀ ਕੈਮਰਾ ਦੇ ਪਿੱਛੇ ਟੀਮ ਜੁੜੀ ਹੁੰਦੀ ਹੈ ਉਹਨਾਂ ਦੀ ਮਦਦ ਵਾਸਤੇ, ਪਰ ਸਰਕਾਰ ਨਹੀਂ ਹੋ ਰਹੀ। ਸਰਕਾਰ ਨੂੰ ਹਲੇ ਤੱਕ ਵੀ ਸ਼ਰਮ ਨਹੀਂ, ਕਿਉਂਕਿ ਸੋਨੂ ਸੂਦ ਹੁਣ ਵੀ ਇਸ ਟਾਈਮ ਤੇ ਕੰਮ ਕਰ ਰਹੇ ਨੇ ਅੱਗੇ ਆ ਕੇ। ਪਹਿਲਾਂ ਉਹਨਾਂ ਨੇ ਬੱਸਾਂ ਚਲਵਾਈਆਂ, ਟ੍ਰੇਨ ਚਲਾਈ, ਏਅਰਵੇਜ਼ ਤੱਕ ਚਲਵਾਤੇ, ਮਤਲਬ ਉਹ ਆਪਣੇ ਵੱਲੋਂ ਦੀ ਕਰ ਸਕਦੇ ਨੇ, ਪਰ ਸਰਕਾਰਾਂ ਵੱਲੋਂ ਦੀ ਸਾਨੂੰ ਹਲੇ ਤੱਕ ਕੋਈ ਮਦਦ ਨਹੀਂ ਮਿਲੀ। ਆਤਮ ਨਿਰਭਰ ਅਸੀਂ ਕਹਿ ਸਕਦੇ ਸੀ ਪਹਿਲਾਂ ਤੋਂ ਹੀ ਆ ਕਿ ਇੰਡਸਟਰੀ ਆਪਣੀ ਇੱਕ ਦੂਸਰੇ ਦੀ ਮਦਦ ਆਪ ਹੀ ਕਰ ਰਹੀ ਹੈ ਜੀ। ਬਿਲਕੁਲ, ਸਰਕਾਰਾਂ ਉਹੀ ਗੱਲ ਆਪਾਂ ਦੁਬਾਰਾ ਕਰਦੇ ਹਾਂ ਕਿ ਸਰਕਾਰਾਂ ਬਹੁਤ ਸਾਰੇ ਸਾਡੇ ਏਦਾਂ ਦੇ ਸੀਗੇ ਜਿਨ੍ਹਾਂ ਨੇ ਮਦਦ ਕੀਤੀ ਆ, ਜਿਨ੍ਹਾਂ ਦਾ ਨਾਮ ਅੱਗੇ ਆ ਗਿਆ, ਪਰ ਬਹੁਤ ਸਾਰੇ ਬੰਦੇ ਏਦਾਂ ਦੇ ਵੀ ਆ ਕਿ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਆ ਪਰ ਉਹਨਾਂ ਦਾ ਕਿਸੇ ਨੂੰ ਕੁਛ ਪਤਾ ਹੀ ਨਹੀਂ, ਕਿਉਂਕਿ ਉਹ ਦੱਸਣਾ ਨਹੀਂ ਚਾਹੁੰਦੇ, ਹੈ ਨਾ। ਤੇ ਜਿਨ੍ਹਾਂ ਦਾ ਸਾਨੂੰ ਸ਼ਾਇਦ ਪਤਾ ਕਿ ਅਸੀਂ ਕਿੱਦਾਂ ਕੀਤਾ ਜਾਂ ਕੁਛ ਵੀ ਸਮਥਿੰਗ, ਉਹ ਨਹੀਂ ਲੈ ਕੇ ਆਉਣਾ ਚਾਹੁੰਦੇ। ਔਰ ਦੂਜੀ ਗੱਲ ਇਹ ਹੈ ਕਿ ਪੰਜਾਬ ਨਾਲੇ ਕੋਈ ਪਹਿਲੀ ਵਾਰੀ ਨਹੀਂ ਹੋਇਆ ਹੈਗਾ, ਇਹ ਬਹੁਤ ਵਾਰੀ ਇਸ ਤੋਂ ਪਹਿਲਾਂ ਵੀ ਉੱਜੜ ਕੇ ਵਸਿਆ। ਸੋ ਸਾਡੇ ਜਿਹੜੇ ਯੋਧੇ ਆ ਜਾਂ ਤੁਸੀਂ ਕਹਿ ਲਓ ਸਿੱਖ ਕੌਮ ਏਦਾਂ ਦੀ ਹੈਗੀ ਹੈ ਕਿ ਉਹਨਾਂ ਨੂੰ ਉਹ ਬਹੁਤ ਵੱਡੀਆਂ ਵੱਡੀਆਂ ਮਾਰਾਂ ਝੱਲ ਲੈਂਦੇ ਆ। ਸੋ ਇਹ ਤਾਂ ਪੂਰੀ ਦੁਨੀਆਂ ਨੂੰ ਰੋਟੀ ਖਵਾ ਦੇਣ ਤੇ ਇਕੱਲਾ ਪੰਜਾਬ ਆਪਣੇ ਆਪ ਨੂੰ ਸਾਂਭ ਲੂਗਾ। ਮੈਨੂੰ ਲੱਗਦਾ ਕਿ ਕੋਈ ਐਡੀ ਡਰਨ ਵਾਲੀ ਗੱਲ ਨਹੀਂ ਹੈਗੀ। ਹੁਣ ਤਾਂ ਬਹੁਤ ਚੀਜ਼ਾਂ ਸਹੀ ਹੋ ਰਹੀਆਂ ਨੇ, ਹੌਲੀ ਹੌਲੀ ਲੱਗਦਾ ਕਿ ਕੇਸਿਸ ਘੱਟ ਰਹੇ ਨੇ ਜਾਂ ਜੋ ਵੀ ਸਿਸਟਮ
देखो अगर सरकार की गल करते हैं तो उन्होंने कहा कि अगस्त शायद वो सिनेमाज नूं खोल देंगे है ना, उस तो बाद च सितंबर अक्टूबर तुसीं नैक्सट ईयर तक लैके चलो, जो मैनू लगता कि उही जनवरी फरवरी तक ही प्रॉपर वे नाल असीं चल सकांगे। अगर अगस्त सितंबर तक भी फिल्मां रिलीज़ होंदियां ने तां उही जिहड़ा लोकां दे दिलां च डर है वो हौली हौली निकलदा निकलदा तीन चार महीने बाद ही एक प्रॉपर वो निकल पाएगा, तो नैक्सट ईयर च जाके असीं अपने मतलब काम नूं फुल फ्लैट जिहड़ा असीं कह सकदे हां कि पूरी तरह ट्रैक ते वो नैक्सट ईयर च आएगा। थोड़ी गल करिए जिमें कि तुसीं गल कीती नुकसान तो काफ़ी होया, पर इस टाइम पर भी तुसीं काम कर रहे हो, ऑनलाइन प्रमोशन हले चल रही ने किसी चीज़ दियाँ, क्योंकि जिहड़े सेलेब्रिटीज़ की जो असं गल करिए उन्होंने ऑनलाइन जिवें दिलजीत की गल करिए तो कुकिंग कर रहे थे, वो अपने मतलब प्रमोशन उन्होंने सैल्फ प्रमोशन चल रही ने चाहे वह किसी के भी थ्रू हो। सैल्फ प्रमोशन के लिए मैंने लगता कि पी आर की लड़ नहीं ज़्यादा ज़्यादा पैंती है, पर ज़्यादा नहीं पैंती हैगी उसके लिए, तो खुद ही चैनल उन्होंने जो भी उन्होंने स्नैपचैट तो लैके या उन्होंने सोशल मीडिया तो लैके पा रहे हैं। फिलहाल इदा का नहीं है कुछ भी, जब तक फिल्म या कोई भी चीज़ रिलीज़ तो नहीं आती प्रॉपर तद तक तो कोई ऑनलाइन कुछ भी नहीं चल रहा है, असं कुछ नहीं कर रहे, जब तो आए हुए हैं असं खेती कर रहे हैं, मैं लगता घर के कामों लगे हुए हैं। सो पिंड पिंड बहुत लंबे टाइम तो बाद इदा लगे कि दो महीने रहन का दो ढाई महीने रहन का जो टाइम मिले, सो ही मैं ज़्यादा बैटर लगे कि रिलैक्स भी जिंदगी जरूरी है, पर कुदरत ने किसी होर तरीके देनी सी है ना, तो सो एक बार तो फ्री हाँ बिल्कुल। सो कई बार लगता हुंदा कि असीं मतलब इन्ने इन्ने वड्डे स्टार्स नूं जदों कोई मिल लवे या उन्हां दे नाल जदों काम करे तो उन्हां नूं खुद च भी सेलिब्रिटी वाली फीलिंग आउणी शुरू हो जांदी है, तां फिर इदां होणा शुरू हो जांदा कि असीं ऑटो च भी सफर करना होवे तां असीं ऑटो च क्यों जाइए, आपां असीं आप सेलिब्रिटी, तां तुसीं हुण खेती दा काम करदे हो, थोड़ा लगदा है वी हां मैं ओह काम नूं मिस कर रहा आपणे। देखो मैं अपने काम नूं बिल्कुल मिस करदा, मैं अपने काम नूं मिस करदा, मैं मीडिया पर्सनस नूं, मैं तुहानूं सारयां नूं बहुत मिस करदा हां ना, क्योंकि थोड़ा एक शड्यूल होंदा जिहड़ा पांच छे साल तो थोड़ा एक रूटीन बनया होया सीगा, पर मैं उत्थे रह के भी हमेशा अपने पिंड नूं मिस करदा सीगा, ते मैनूं लगदा है कि ये टाइम भी मेरे लिए चंगा। एक्चुअल च अनु जे देखिया जावे असीं इही आ, असीं जिथों गए हाँ असीं पहलां तो जिहड़ियां चीज़ां करदे सीगे हुण उही चीज़ां दोबारा करके लगदा कि नहीं यार ये वधिया टाइम है कि तुसीं अपनी मिट्टी नाल भी जुड़े रहोगे, तुसीं अपने मैं देखो मैं फोन भी अटेंड कर लैंदा हाँ ना, कोई इदां दी प्रॉब्लम नहीं हैगी, वो सैलीब्रिटी वाला फील मैनूं लगदा कि उन्हां पांच सालां च कदे उत्थे रह के भी नहीं आया, बिकॉज मेरे लिए जिहड़े जे तुसीं गल करो फाइव स्टार होटल्स दे जिहड़े गेट खोलण वाले बंदे तो लैके जिहड़े उत्थे कुकिंग करदे आ ना, मेरे को उन्हां दे भी सारयां दे नंबर आ, मैं बाकियां नाल बाद च गल कर दऊंगा पर मैं पहलां उन्हां नूं जरूर कॉल करदा ना, मैं 15-20 दिन बाद मेरी उन्हां सारयां नाल गल हुंदी आ किद्दां जदों खुलणगे जल्दी, बिकॉज मैनूं इह लगदा कि वड्डे लोकां बिना शायद किते ना किते कुछ चीज़ां मतलब खराब नहीं भी होंदियां, पर जब तक ग्राउंड वाले बंदे तुहाडे नाल नहीं हैगे ना तुसीं अगे कदे नहीं वध सकदे, बिकॉज इन्हां दा बहुत वड्डा हत्थ हुंदा तुहाडे तुहाडे अगे जाण च। बिल्कुल, ते इस टाइम ते तुहाडी किसी ने मदद कीती होवे या तुसीं किसी दी मदद कीती होवे सेलिब्रिटीज़ दे विचों? देखो मदद की वैसे मैं कोई लोड टू बी वेरी फ्रैंक मैंने कोई मदद की लड़ पई नहीं हैगी उस चीज़ लिए, पर मैनू जड़िया मदद मैं कीतिया ने वो भी कोई वड्डिया नहीं है कि मैं उन्होंने गिनावा है ना कि मैं किसी की कोई मदद की है, इन्नी तो वैसे ही करते रहीदा क्योंकि कहते होंगे आधार सुधार उदा ही चलता रहता सारे का, पर हाँ कोई ऐसी मदद की लड़ नहीं पी हैगी कि किसी कहना पवे, बट यही है कि फोन आ जाते हैं ना बहुत सारे भाजी उन्होंने कह देंगे कि थोड़ा कोई लड़ हुई तो प्लीज़ जरूर दस्यो, पर ठीक है एड्डी कोई प्रॉब्लम है नहीं, मतलब किसी भी चीज़ की भी कोई एड्डी लोड हो ठीक चल रहा फिलहाल सब कुछ, जो लोड होगी मैंने लगता कि खड़न वाले बहुत ने, वाहगुरु ने इन्ना किया हो इन्ने लोग कमाए ने कि जेडे हमेशा नाल खड़नगे। बिल्कुल जी, उम्मीद करते हैं कि तो थोड़े ते भी रब की मेहर कृपा ऐदा ही बनी रहे, एंटरटेनमेंट इंडस्ट्री से भी क्योंकि सरकारा तो उम्मीदा है नहीं, रब की कृपा नाल ही मेरे ख्याल सारा कुछ हो सकता है, दोबारा जो ट्रैक से एंटरटेनमेंट इंडस्ट्री आ सकती है तो रब की कृपा नाल ही आ सकती है, सो उम्मीद करते हैं कि छेती ही सारे नूं राहत मिलेगी। तो कई जिवें कि एक्टर मनमीत सिंह दी सी गल कीती सी, उन्होंने आर्थिक तौर पर जिस तरीके नाल उन्हां नूं मंदी झलनी पै रही सी तो उन्होंने सुसाइड वर्गा वड्डा कदम चुक लिया, और जिवें मैं स्टार्टिंग च गल कीती सी कि कई सीरियल्स दे एक्टर्स इदां दे ने जिन्हां दी पेमेंट्स क्लीयर नहीं होईआं, उन्हां नूं धमकियां देणियां पईआं कि असीं जी सुसाइड कर लांगे जे तुसीं साडी पेमेंट्स क्लीयर ना कीतीआं, इहो जिहे हाल जदों इंडस्ट्री दे देखण नूं मिलदे ने, सा इहो जिहे टाइम च कई वार बंदे दे दिमाग च इह वी आउंदा वी मैं इस लाइन च आए क्यों, हो सकदा वी कई आर्टिस्ट इदां दे होण जिहड़े सिर्फ शौक वास्ते इत्थे सीगे ना कि पैसिआं वास्ते, पर जिहड़े पैसिआं वास्ते कर रहे सी हो सकदा वी ओह अपना जिहड़ा करियर है जिहड़ा प्रोफेशन है उहनूं चेंज कर लैण, इह वी इक उम्मीद लगाई जा सकदी है कि वो सोचन भी एंटरटेनमेंट इंडस्ट्री च रह के मैनूं कुछ नहीं मिलिया। बिल्कुल इहनूं इह चीज़ हो सकदी है, पर बहुत सारे लोग कई बार असीं
ਇੱਕ ਚੀਜ਼ ਜਿਹੜਾ ਮਾਈਂਡ ਤੇ ਸਾਡੇ ਸਭ ਤੋਂ ਵੱਡਾ ਪ੍ਰੈਸ਼ਰ ਇਹ ਹੁੰਦਾ ਕਿ ਜਦੋਂ ਕਈ ਵਾਰੀ ਲਾਈਫ ਸਾਡੀ ਟਰੈਕ ਤੇ ਚੜੀ ਹੁੰਦੀ ਆ, ਸਾਨੂੰ ਇਹ ਲੱਗਦਾ ਕਿ ਨਹੀਂ ਇਹ ਦਿਨ ਜਿਹੜੇ ਹੈਗੇ ਆ ਲਗਾਤਾਰ ਏਦਾਂ ਹੀ ਰਹਿਣੇ ਆ, ਤੇ ਉਸ ਚੱਕਰ ਚ ਆ ਕੇ ਅਸੀਂ ਬਹੁਤ ਜ਼ਿਆਦਾ ਕਰਜ਼ਾ ਲੈ ਲੈਂਦੇ ਹਾਂ ਕਹਿ ਲਓ, ਜਾਂ ਅਸੀਂ ਬਹੁਤ ਜ਼ਿਆਦਾ ਆਪਣੀ ਲੋੜ ਤੋਂ ਵੱਧ ਖਰਚੇ ਕਰ ਲੈਂਦੇ ਹਾਂ, ਜਾਂ ਸਾਡੀ ਉਨੀ ਇਨਕਮ ਨਹੀਂ ਹੁੰਦੀ ਪਰ ਸਾਨੂੰ ਲੱਗਦਾ ਕਿ ਨਹੀਂ ਹਾਲੇ ਸਭ ਠੀਕ ਆ ਅੱਗੇ ਹੋਰ। ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਬੰਦੇ ਨੂੰ ਸਟੇਬਲ ਚੱਲਣਾ ਚਾਹੀਦਾ ਕਿ ਜਿੰਨਾ ਚਿਰ ਤੁਸੀਂ ਕਈ ਵਾਰ ਮਾਇੰਡ ਤੇ ਲੋਕ, ਇੱਕ ਚੀਜ਼ ਮੈਂ ਦੇਖੀ ਹੈ ਕਿ ਮੈਨੂੰ ਬਹੁਤ ਸਾਰੇ ਲੋਕ ਇੱਦਾਂ ਦੇ ਜਾਣਦੇ ਆ ਜਿਹੜੇ ਮੰਨ ਕੇ ਚੱਲੋ ਘਰੋਂ ਨਿਕਲੇ ਸੀਗੇ ਕੁਛ ਬਣਨ ਦੇ ਲਈ ਪਰ ਉਹ ਨਹੀਂ ਬਣ ਸਕੇ, ਉਹ ਘਰ ਨਹੀਂ ਜਾਣਾ ਚਾਹੁੰਦੇ ਵਾਪਸ। ਉਹਨਾਂ ਨੂੰ ਲੱਗਦਾ ਕਿ ਅਗਰ ਅਸੀਂ ਆਪਣੇ ਆਪਣੇ ਪਿੰਡਾਂ ਨੂੰ ਆਪਣੇ ਸ਼ਹਿਰਾਂ ਨੂੰ ਅਗਰ ਅਸੀਂ ਵਾਪਸ ਮੁੜ ਗਏ ਤਾਂ ਲੋਕ ਕਹਿਣਗੇ, ਲੋਕ ਸਾਨੂੰ ਮਜ਼ਾਕ ਕਰਨਗੇ। ਉਹਨਾਂ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਇਹ ਚੀਜ਼ ਨਹੀਂ ਸੋਚਣੀ ਚਾਹੀਦੀ, ਜਦੋਂ ਹੌਲੀ 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 ਉਹ ਇਕੱਲੇ ਰਹਿ ਕੇ ਉਹਨਾਂ ਦੇ ਮਾਇੰਡ 'ਚ ਇਹ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਬਿਕੋਜ਼ ਫਿਰ ਉਹ ਸੁਸਾਈਡ ਵੱਲ ਜ਼ਿਆਦਾ ਜਾਂਦੇ ਨੇ। ਦੂਜੀ ਗੱਲ ਤੁਸੀਂ ਕੀਤੀ ਹੈ ਪੈਸੇ ਜਿਹੜੇ ਰੁਕ ਜਾਂਦੇ ਨੇਗੇ, ਹਰ ਇੰਡਸਟਰੀ 'ਚ ਹੁੰਦਾ, ਇਹ ਸਾਡੇ ਨਾਲ ਵੀ ਹੋਇਆ ਬਟ ਇਹ ਹੈ ਕਿ ਹੁਣ ਨਹੀਂ, ਮੈਂ ਕਹੂੰਗਾ ਕਿ ਲੋਕਡਾਊਨ ਦੇ ਦੌਰਾਨ ਨਹੀਂ, ਪਰ ਇਹ ਹੈ ਕਿ ਕੁਛ ਫਿਲਮਾਂ ਸੀਗੀਆਂ ਜਿਹੜੀਆਂ ਪਿਛਲੇ ਟਾਈਮ 'ਚ, ਇੱਕ ਦੋ ਫਿਲਮਾਂ ਮੈਂ ਚਲੋ ਮੈਂ ਨਾਂ ਨਹੀਂ ਲਊਂਗਾ ਕਿਉਂਕਿ ਮੈਂ ਠੀਕ ਹੈ, ਹਰੇਕ ਬਿਜ਼ਨਸ 'ਚ ਇੱਕ ਦੋ ਬੰਦੇ ਇੱਕ ਦੋ ਕਲਾਇੰਟ ਤੁਹਾਨੂੰ ਇੱਦਾਂ ਦੇ ਮਿਲ ਜਾਂਦੇ ਆ ਜਿਹੜੇ ਸਾਲ ਸਾਲ ਤੋਂ ਤੁਹਾਡੀ ਪੇਮੈਂਟ ਰੋਕ ਕੇ ਰੱਖਦੇ ਆ, ਔਰ ਤੁਹਾਡੇ ਕਿਸੇ ਮੈਸੇਜ ਦਾ ਰਿਪਲਾਈ ਨਹੀਂ ਕਰਦੇ, ਤੁਹਾਡੀ ਕਿਸੇ ਕਾਲ ਨੂੰ ਰਿਸੀਵ ਨਹੀਂ ਕਰਦੇ, ਹੈ ਨਾ। ਫਿਰ ਬੰਦਾ ਖੁਦ ਸੋਚਦਾ ਕਿ ਇਟਸ ਓਕੇ ਯਾਰ, ਇਹ ਇਹਨਾਂ ਲੋਕਾਂ ਦੀ ਨੇਚਰ ਆ, ਉਹ ਆਪਣੇ ਆਪ ਨੂੰ ਤੁਹਾਡੀਆਂ ਅੱਖਾਂ ਸਾਹਮਣੇ ਫਿਰ ਉਹ ਖੜਾ ਹੋਣ ਜੋਗਾ ਵੀ ਨਹੀਂ ਰੱਖਦੇ ਹੈਗੇ, ਹੈ ਨਾ। ਕੱਲ ਨੂੰ ਜਦੋਂ ਤੁਹਾਨੂੰ ਮਿਲਣਗੇ ਤਾਂ ਤੁਸੀਂ ਉਹਨਾਂ ਤੋਂ ਉੱਚਾ ਹੀ ਫੀਲ ਕਰੋਗੇ ਕਿ ਯਾਰ ਕੋਈ ਗੱਲ ਨਹੀਂ, ਅਸੀਂ ਇਹਨਾਂ ਤੋਂ ਲੈਣਾ ਹੀ ਆ। ਬਿਲਕੁਲ, ਜਿਹੜੇ ਦਰਸ਼ਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋ? ਮੈਂ ਫਿਲਹਾਲ ਇਹੀ ਕਹਿਣਾ ਚਾਹੂੰਗਾ ਜੀ ਕਿ ਆਪਣੇ ਘਰ ਰਹਿਣ, ਸੇਫ ਰਹਿਣ, ਜਦ ਤੱਕ ਇਹ ਸਾਰਾ ਕੁਛ ਠੀਕ ਨਹੀਂ ਹੁੰਦਾ। ਸੋ ਸਾਰੇ ਮੀਡੀਆ ਵਾਲਿਆਂ ਨੂੰ ਜਾਂ ਜਿੰਨੇ ਵੀ ਲੋਕ ਆਪਣੇ ਨਾਲ ਕੰਮ ਕਰਦੇ ਆ, ਜਿੰਨੇ ਵੀ ਤੁਹਾਨੂੰ ਦੇਖ ਰਹੇ ਆ, ਹੈ ਨਾ, ਜਿਹੜੇ ਫਿਲਮਾਂ ਦੇਖਣ ਦੇ ਵੀ ਸ਼ੌਕੀਨ ਆ, ਵੀ ਥੋੜ੍ਹੀ ਜਿਹੀ ਹੋਰ ਵੇਟ ਬਸ ਕਰ ਲਓ, ਫਿਰ ਛੇਤੀ ਆਪਾਂ ਆ ਜਾਣਾ, ਸਭ ਕੁਛ ਠੀਕ ਹੋਣ ਦੇ ਦੌਰਾਨ ਹੀ। ਬਿਲਕੁਲ ਜੀ, ਇਸੇ ਲਾਡੀ ਜੀ ਐਕਸਪਰਟ ਲਾਂਚਰਸ ਤੋਂ, ਜਿਨ੍ਹਾਂ ਨੇ ਸਾਡੇ ਨਾਲ ਐਂਟਰਟੇਨਮੈਂਟ ਇੰਡਸਟਰੀ ਦੀਆਂ ਕਾਫੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਅਗਲੀ ਵਾਰ ਫਿਰ ਹਾਜ਼ਰ ਹੋ ਜਾਵਾਂਗੇ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।